ਹੁਣ ਇਹਨਾਂ ਦੇ ਅੱਖਾਂ 'ਚ ਸਿਰਫ ਮੈਂ ਹੀ ਰੜਕਦਾ, ਇਹਨਾਂ ਨੂੰ ਹੈਗੇ ਇਹਦਾ ਪੱਤਾ ਕਿਵੇਂ ਕੱਟਿਆ ਜਾਵੇ। ਕਿ ਤੁਸੀਂ ਜਦੋਂ ਸਵੇਰੇ ਜਾਂਦੇ ਸੀਗੇ ਤੇ ਆਪ ਝਾੜੂ ਫੜ ਕੇ ਤੁਸੀਂ ਸਫਾਈ ਅਭਿਆਨ ਸ਼ੁਰੂ ਕਰ ਦਿੰਦੇ ਸੀ? 3-3 ਲੱਖ ਦੇ ਬੂਟ ਪਾ ਕੇ, ਲੀ ਵਿਟੋਨ ਦੇ, ਕੋਈ ਹੋਰ ਸੜਕਾਂ ਤੇ ਉਤਰਨਾ ਵੀ ਉਹਨਾਂ ਦੀ ਸ਼ਾਨ ਦੇ ਖਿਲਾਫ। ਜਿਵੇਂ ਇਹ ਸਰਕਾਰ ਨੇ ਆਪਾਂ ਨੇ ਕੂਟਿਆ ਔਰ ਲੁੱਟਿਆ, ਜੋ ਫੇਰ ਦਬਾ ਕੇ ਕੂਟੇਗਾ ਔਰ ਲੁੱਟੇਗਾ। ਤੁਸੀਂ ਇਹ ਵੀ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ, ਆਪਣੀ ਜਿਹੜੀ ਪਟੀਸ਼ਨ ਤੁਸੀਂ ਦਾਇਰ ਕੀਤੀ ਸੀ, ਕਿਸ ਤੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਕਾਲਸ ਤੁਹਾਨੂੰ ਆਏ? ਚਿੱਟਾ ਧੜੱਲੇ ਨਾਲ ਇੱਥੇ ਸਰਕਾਰ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੀ ਸ਼ਹਿ ਤੇ ਇੱਥੇ ਧੜੱਲੇ ਨਾਲ ਵੇਖਦਾ। ਤੇ ਇੱਡੀ ਵੱਡੀ ਜਿਹੜੀ ਚੁਣੌਤੀ ਹੈ ਕਿ ਤੁਸੀਂ ਇੱਕ ਪਾਸੇ ਇਕੱਲੇ ਹੋ ਤੇ ਬਾਕੀ ਪਾਸੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਤੁਹਾਨੂੰ ਚੁਣੌਤੀ ਦੇ ਰਹੀਆਂ ਨੇ? ਇਹ ਲੋਕ ਤਾਂ ਡਰਾਇੰਗ ਰੂਮ 'ਚ ਬਹਿ ਕੇ ਗੱਠਜੋੜ ਕਰਨ ਵਾਲੇ ਲੋਕ ਨੇ। ਆਉਂਦੇ ਆ ਚੰਡੀਗੜ੍ਹੋਂ, ਦਿੱਲੀਓਂ, ਉੱਥੇ ਆਪਦਾ ਰਹਿ ਕੇ 2-3 ਦਿਨ ਆਪਦਾ ਖਾ ਪੀ ਕੇ ਤੇ ਪਿਕਨਿਕ ਮਨਾ ਕੇ ਵਾਪਸ ਚਲੇ ਜਾਂਦੇ ਆ। ਇਹਨਾਂ ਦੀ ਪਰਫਾਰਮੈਂਸ ਤਾਂ 0 ਰਹੀ ਹੈ, ਲੋਕ ਹੁਣ ਇਹਨਾਂ ਨੂੰ ਹਜ਼ਮ ਨਹੀਂ ਕਰਦੇ। ਬੀਜੇਪੀ ਨੇ ਇੱਕ ਮੂਵ ਲਿਆ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ, ਮਨੋਹਰ ਲਾਲ ਖੱਟਰ ਉਹਨਾਂ ਨੂੰ ਹਟਾਇਆ ਗਿਆ ਤੇ ਨਾਇਬ ਸੈਣੀ ਉਹਨਾਂ ਨੂੰ ਉੱਥੇ ਚੀਫ ਮਿਨਿਸਟਰ ਲਗਾਇਆ ਗਿਆ। ਤੇ ਬੀਜੇਪੀ ਉਸ ਮੂਵ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿੰਨਾ ਕਾਮਯਾਬ ਹੋਈ ਕਿ ਨਹੀਂ? ਮੁੱਖ ਮੰਤਰੀ ਬਦਲ ਕੇ ਆਪਦਾ ਫੇਲੀਅਰ ਆਪ ਐਕਸੈਪਟ ਕਰ। ਸਤਿ ਸ਼੍ਰੀ ਅਕਾਲ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰਸਿਮਰਨ ਕੌਰ ਤੇ ਮੇਰੇ ਨਾਲ ਨੇ ਮੇਰੇ ਸਾਥੀ ਅਨਮੋਲ ਸਿੰਘ। ਇਸ ਵੇਲੇ ਅਸੀਂ ਹਰਿਆਣਾ ਦੇ ਵਿੱਚ ਮੌਜੂਦ ਆ। ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ, 8 ਅਕਤੂਬਰ ਨੂੰ ਇਸ ਦੇ ਜਿਹੜੇ ਨਤੀਜੇ ਉਹ ਐਲਾਨੇ ਜਾਣਗੇ। ਸਿਰਸਾ ਇੱਕ ਹੌਟ ਸੀਟ ਜਿਹੜੀ ਉਹ ਪੂਰੇ ਹਰਿਆਣੇ ਦੇ ਵਿੱਚ ਬਣੀ ਹੋਈ ਹੈ। ਇੱਕ ਪਾਸੇ ਕਾਂਗਰਸ ਤੇ ਗੋਕੁਲ ਸੇਤੀਆ ਇੱਥੋਂ ਚੋਣ ਮੈਦਾਨ ਦੇ ਵਿੱਚ ਨੇ ਤੇ ਦੂਜੇ ਪਾਸੇ ਗੋਪਾਲ ਕਾਂਡਾ, ਦੋਵਾਂ ਦੇ ਵਿਚਾਲੇ ਜਿਹੜਾ ਫਸਵਾਂ ਮੁਕਾਬਲਾ ਉਹ ਦੇਖਣ ਨੂੰ ਮਿਲ ਰਿਹਾ। ਅਜਿਹੇ ਦੇ ਵਿੱਚ ਕਾਂਗਰਸ ਦੀ ਇੱਥੇ ਕੀ ਕੁਛ ਤਿਆਰੀ ਹੈ ਉਸ ਬਾਰੇ ਗੱਲਬਾਤ ਕਰਾਂਗੇ ਤੇ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਹੋਣਗੇ ਗੋਕੁਲ ਸੇਤੀਆ ਹੋਰੀ। ਸਰ ਸਵਾਗਤ ਹੈ। ਸਰ ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਹੋ, ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਲੋਕਾਂ ਤੋਂ ਮਿਲ ਰਿਹਾ ਹੈ? ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ। ਦੇਖੋ, ਸਾਡਾ ਜਿਹੜਾ ਇੱਕ ਕੈਂਪੇਨ ਹੈ ਜਾਂ ਜਿਹੜੀ ਮੇਰੀ ਰਾਜਨੀਤੀ ਹੈ, ਉਹ ਸਾਰੀ ਇੱਕ ਡਿਵੈਲਪਮੈਂਟ ਪ੍ਰੋਗਰੈਸ ਸਾਡੇ ਇਲਾਕੇ ਦੀ ਉਸ ਤੇ ਡਿਪੈਂਡ ਹੈ। ਤੇ ਜਿਹੜੇ ਲੋਕ ਵਾਕਈ ਚਾਹੁੰਦੇ ਬਦਲਾਵ ਆਵੇ, ਉਹ ਸਾਰੇ ਮੇਰੇ ਨਾਲ ਹੁੰਮ ਹਮਾ ਕੇ ਤੁਰ ਰਹੇ ਨੇ ਤੇ ਬਹੁਤ ਵਧੀਆ ਸਿਸਟਮ ਬਣ ਰਿਹਾ। ਤੇ ਜਿਹੜੇ ਸਾਡੇ ਓਪੋਨੈਂਟਸ ਨੇ, ਉੱਥੇ ਕਿਤੇ ਨਾ ਕਿਤੇ ਸਿਰਫ ਇੱਕ ਪੈਸੇ ਦਾ ਲਾਲਚ ਤੇ ਇੱਕ ਸੈਲਫਿਸ਼ਨੈਸ, ਬਸ ਇੱਕ ਉਹੋ ਜਿਹਾ ਸਿਸਟਮ ਜਿਹਾ ਚੱਲੀ ਜਾਂਦਾ। ਤੇ ਬਾਕੀ ਤਾਂ 5 ਸਾਲ ਦੇ ਵਿੱਚ ਸਾਰੀ ਜਨਤਾ ਨੇ ਵੀ ਦੇਖਿਆ ਕਿ ਮੇਰੀ ਪਰਫੋਰਮੈਂਸ ਕੀ ਰਹੀ ਹੈ, ਉਹਨਾਂ ਲੋਕਾਂ ਦੀ ਕੀ ਸਰਕਾਰ ਦੇ ਵਿੱਚ ਰਹਿ ਕੇ ਪਰਫੋਰਮੈਂਸ ਰਹੀ ਹੈ। ਤੇ ਲੋਕ ਬੜੇ ਫੈਡ ਅਪ ਵੀ ਸੀਗੇ ਪਿਛਲੇ 5 ਸਾਲਾਂ ਤੋਂ, ਤੇ ਐਤਕੀ ਲੋਕ ਤਾਂ ਮੌਕਾ ਭਾਲ ਰਹੇ ਸੀਗੇ ਕਿ ਕਦੋਂ ਸਮਾਂ ਆਵੇ ਤੇ ਬਦਲਾਵ ਲੈ ਕੇ ਆਉਣ। ਸੋ ਗੋਕੁਲ ਜੀ, ਜਿਵੇਂ ਆਪਾਂ ਜੇ ਸਿਰਸੇ ਦੀ ਗੱਲ ਕਰੀਏ, ਜਾਂ ਤੁਹਾਨੂੰ ਕਿਹੜੀਆਂ ਚੈਲੰਜਸ ਜਿਹੜੇ ਲੱਗਦੇ ਆ ਵੀ ਇੱਥੇ ਕੰਮ ਹੋਣ ਵਾਲੇ ਆ ਜਿਹੜੇ ਪੁਰਾਣੇ ਸਮੇਂ 'ਚ ਨਹੀਂ ਹੋਏ, ਜਿਨ੍ਹਾਂ ਨੂੰ ਤੁਸੀਂ ਤੁਹਾਡੀ ਪ੍ਰਾਇਓਰਟੀ ਲਿਸਟ ਵਿੱਚ ਨੇ ਵੀ ਇਹ ਕੰਮ ਇੱਥੇ ਹੋਣੇ ਚਾਹੀਦੇ ਨੇ? ਸਾਡੇ ਜੀ, ਇੱਕ ਤਾਂ ਸਾਡੇ ਕਿਸਾਨਾਂ ਲਈ ਸਭ ਤੋਂ ਮੇਨ ਚੀਜ਼ ਜਿਹੜੀ, ਸਾਡੇ ਨਹਿਰਾਂ ਨਹੀਂ ਹੈਗੀਆਂ। ਜਿਹੜਾ ਪਾਣੀ ਹੈ ਟਿਊਬਵੈੱਲਾਂ ਦਾ, ਉਹ ਬਹੁਤ ਥੱਲੇ ਜਾ ਚੁੱਕਿਆ ਹੈ, ਖਾਰਾ ਪਾਣੀ ਹੈ, ਅਤੇ ਇਸ ਕਰਕੇ ਸਾਨੂੰ ਨਹਿਰੀ ਪਾਣੀ ਦੀ ਲੋੜ ਆ, ਤਾਂ ਕਿ ਸਾਡੀ ਪੈਲੀਆਂ 'ਚ ਨਹਿਰੀ ਪਾਣੀ ਲੱਗੇਗਾ ਅਤੇ ਫਿਰ ਕਿਤੇ ਜਾ ਕੇ ਜ਼ਮੀਨਾਂ ਉਪਜਾਊ ਹੋਣਗੀਆਂ, ਦਾਣੇ ਹੋਣਗੇ ਅਤੇ ਉਹਨਾਂ ਦੇ ਘਰ ਚੱਲਣਗੇ। ਦੂਜਾ, ਸਾਡੇ ਕੋਈ ਵੀ ਨੇੜੇ ਤੇੜੇ ਚੰਗਾ ਹੋਸਪਿਟਲ ਨਹੀਂ ਹੈਗਾ, ਕੋਈ ਕਿਸੇ ਨੂੰ ਕੋਈ ਦਿੱਕਤ ਆ ਜਾਵੇ, ਨਾ ਕੋਈ ਡਾਇਗਨੋਸ ਹੈ, ਨਾ ਕੋਈ ਟ੍ਰੀਟਮੈਂਟ ਹੈ, ਨਾ ਕੋਈ ਲੈਣਾ ਦੇਣਾ। ਅਤੇ ਤੀਜੀ ਚੀਜ਼, ਸਾਡੇ ਬਾਰਡਰ ਏਰੀਆ ਕਰਕੇ ਸਾਡੇ ਨਸ਼ੇ ਦੀ ਬਹੁਤ ਜ਼ਿਆਦਾ ਮਾਰ ਹੈ, ਚਿੱਟਾ ਧੜੱਲੇ ਨਾਲ ਇੱਥੇ
ਸਰਕਾਰ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੀ ਸ਼ਹਿ ਤੇ ਇੱਥੇ ਧੜੱਲੇ ਨਾਲ ਵਿਕਦਾ। ਇਹ ਤਿੰਨ ਚੀਜ਼ਾਂ ਹੈਗੀਆਂ। ਚੌਥਾ ਸਾਡੇ ਇੱਕ ਥੇੜ ਹੈ, ਉੱਥੇ ਹਜ਼ਾਰੋਂ ਘਰ ਪਿਛਲੇ ਬੜੇ ਸਾਲਾਂ ਤੋਂ ਰਹਿ ਰਹੇ ਨੇ ਅਤੇ ਉਹਨਾਂ 'ਤੇ ਤਲਵਾਰ ਲਟਕੀ ਹੈ, ਕੁਛ ਉਹਨਾਂ ਨੂੰ ਜੁੜਨ ਦਾ ਡਰ ਹੈ ਅਤੇ ਕਿਸ ਪ੍ਰਕਾਰ ਨਾਲ ਉੱਥੇ ਉਹ ਵਸੇ ਰਹਿਣ, ਇੱਕ ਇਹ ਵੀ ਬੜਾ ਵੱਡਾ ਚੈਲੇਂਜ ਹੈ। ਇਹ ਮੇਨ ਮੇਨ ਚੀਜ਼ਾਂ। ਬਾਕੀ ਸ਼ਹਿਰ ਦੀਆਂ ਕਈ ਚੀਜ਼ਾਂ ਹੈ, ਜਿਵੇਂ ਕਿ ਸਾਫ਼ ਸਫਾਈ ਨੂੰ ਲੈ ਕੇ, ਵੱਡੀ ਪਾਰਕਿੰਗ ਨੂੰ ਲੈ ਕੇ। ਪੀਣ ਦਾ ਪਾਣੀ ਸਾਡੇ ਸਾਫ਼ ਨਹੀਂ ਆਉਂਦਾ, ਇੱਥੇ ਪੂਰੇ ਸ਼ਹਿਰ 'ਚ ਲੀਕੇਜ ਹੈ ਸੀਵਰੇਜ ਦੀ, ਪੀਣ ਵਾਲੇ ਪਾਣੀ ਦੇ ਮਿਕਸ ਹੈ ਵਿੱਚ ਉਹਦੇ, ਅਤੇ ਉਹਦੇ ਨਾਲ ਨਾਲ ਸਾਡੇ ਜਿਹੜਾ ਘੱਗਰ ਹੈ, ਘੱਗਰ ਦੇ ਅੰਦਰ ਸਾਰਾ ਫੈਕਟਰੀਆਂ ਦਾ ਪੋਲਿਊਟਿਡ ਵਾਟਰ ਆ ਰਿਹਾ ਅਤੇ ਉਸ ਕਰਕੇ ਸਾਡੇ ਬੜਾ ਕੈਂਸਰ ਫੈਲ ਰਿਹਾ ਏਰੀਏ ਦੇ ਵਿੱਚ, ਅਤੇ ਇੱਕ ਉਹ ਬਹੁਤ ਵੱਡਾ ਮੇਨ ਮੁੱਦਾ ਹੈ। ਉੱਥੇ ਟ੍ਰੀਟਮੈਂਟ ਪਲਾਂਟ ਹੋਣਾ ਚਾਹੀਦਾ ਤਾਂ ਕਿ ਸਾਡਾ ਏਰੀਆ ਆਉਣ ਵਾਲੇ ਸਮੇਂ 'ਚ ਬਚ ਸਕੇ। ਜੀ, ਸਟੂਡੈਂਟ ਪੋਲੀਟਿਕਸ ਤੋਂ ਤੁਸੀਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਅਤੇ ਅੱਜ ਹੁਣ ਤੁਸੀਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਜਾ ਰਹੇ ਹੋ। ਇਹ ਸਫ਼ਰ ਤੁਸੀਂ ਕਿਵੇਂ ਤੈਅ ਕੀਤਾ ਅਤੇ ਕਿਹੜੇ ਕਿਹੜੇ ਚੈਲੇਂਜਸ ਤੁਹਾਨੂੰ ਇਸ ਸਫ਼ਰ ਦੇ ਵਿੱਚ ਸਾਹਮਣੇ ਆਏ ਨੇ ਤੁਹਾਡੇ? ਦੇਖੋ, ਐਵੇਂ ਹੈ ਕਿ ਮੈਂ ਸਟੂਡੈਂਟ ਪੋਲੀਟਿਕਸ ਦੇ ਵਿੱਚ ਸੀਗਾ, ਬਟ ਉਸ ਤੋਂ ਬਾਅਦ ਫਿਰ ਮੇਰੇ ਨਾਨਾ ਸਵਰਗੀ ਲਕਸ਼ਮਣ ਦਾਸ ਅਰੋੜਾ ਜੀ, ਜਿਹੜੇ 5 ਵਾਰੀ ਇੱਥੇ MLA ਰਹੇ ਹੈ ਅਤੇ ਮਿਨਿਸਟਰ ਰਹੇ ਹੈ 4 ਵਾਰੀ, ਅਤੇ ਜਦੋਂ ਉਹਨਾਂ ਦੀ ਡੈਥ ਹੋਈ, ਮੈਂ ਕਦੇ ਸੋਚਿਆ ਨਹੀਂ ਸੀਗਾ ਮੈਂ ਪੋਲੀਟਿਕਸ 'ਚ ਆਊਂਗਾ, ਲੇਕਿਨ ਜਦੋਂ ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ ਫਿਰ ਜਿਵੇਂ ਲੋਕਾਂ ਦੇ ਵਿੱਚ ਦੁੱਖ ਸੁੱਖ 'ਚ ਆਉਣਾ ਸ਼ੁਰੂ ਹੋਇਆ, ਹੋਰ ਅਤੇ ਕਿਵੇਂ ਰਾਜਨੀਤੀ ਦੇ ਵਿੱਚ ਮੈਂ ਪੈ ਗਿਆ ਮੈਨੂੰ ਪਤਾ ਨਹੀਂ ਲੱਗਿਆ, ਲੇਕਿਨ ਜਦ ਮੈਂ ਮਹਿਸੂਸ ਕੀਤਾ ਕਿ ਹਾਂ ਆਈ ਐਮ ਟੋਟਲੀ ਇਨਵੋਲਵਡ ਇਨ ਦਿਸ ਫੀਲਡ, ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਮੈਂ ਸੋਚਿਆ ਕਿ ਉਹਨਾਂ ਇੱਕ ਆਪਦੀ ਖੁਦ ਪਹਿਚਾਣ ਬਣਾਈ ਜਾਵੇ ਅਤੇ ਆਪਾਂ ਕੁਛ ਇਹੋ ਜਿਹਾ ਕਰੀਏ ਜਿਹਦੇ ਨਾਲ ਲੋਕ ਆਪਾਂ ਨੂੰ ਜਾਣਨ, ਅਤੇ ਫਿਰ ਅਸੀਂ ਕਈ ਪ੍ਰਕਾਰ ਦੀਆਂ ਮੈਂ ਮੁਹਿੰਮਾਂ ਸ਼ੁਰੂ ਕੀਤੀਆਂ ਸਾਡੇ ਏਰੀਆ ਦੀ ਡਿਮਾਂਡਸ ਨੂੰ ਲੈ ਕੇ ਜੋ ਮੈਂ ਤੁਹਾਨੂੰ ਹੁਣੇ ਦੱਸਿਆ, ਅਤੇ ਉਸ ਤੋਂ ਬਾਅਦ ਲੋਕਾਂ ਨੇ ਮੇਰਾ ਸਾਥ ਦੇਣਾ ਸ਼ੁਰੂ ਕੀਤਾ ਅਤੇ ਲੋਕਾਂ ਦੇ ਸਾਥ ਕਰਕੇ ਮੈਂ ਅੱਜ ਇੱਥੋਂ ਤੱਕ ਪਹੁੰਚਿਆ। ਗੋਕੁਲ ਜੀ, ਜਿਹੜਾ ਆਪਾਂ ਇਲੈਕਸ਼ਨ ਦੇਖ ਰਹੇ ਹਾਂ ਤੁਹਾਡਾ ਸਿਰਸਾ ਸੀਟ, ਕਿਉਂਕਿ ਹੋਟ ਸੀਟ ਬਣ ਗਈ ਬੜੀ, ਅਤੇ ਜਿਹੜੇ ਤੁਹਾਡੇ ਓਪੋਨੈਂਟ ਨੇ ਗੋਪਾਲ ਕਾਂਡਾ ਹੋਣੇ, ਅਤੇ ਉਹ ਬੜੇ ਇੱਕ ਮੰਨੇ ਜਾਂਦੇ ਕਿ ਮਨੀ ਪਾਵਰ ਵੀ ਹੈਗੀ, ਉਹਨਾਂ ਕੋਲ ਮਸਲ ਪਾਵਰ ਵੀ ਹੈਗੀ ਆ, ਅਤੇ ਜਿਹੜੀ ਨਵੀਂ ਚੀਜ਼ ਆਪਾਂ ਇੱਥੇ ਦੇਖੀ ਹੈ ਕਿ ਜਿਹੜਾ ਸਾਰੀ ਓਪੋਜੀਸ਼ਨ ਹੈ ਤੁਹਾਡੇ ਖਿਲਾਫ਼ ਕੱਢ ਗਈ ਹੈ ਸਾਰੀ ਆ ਕੇ, ਉਹ ਸਾਰੀਆਂ ਪਾਰਟੀਆਂ ਇਨੈਲੋ ਤੋਂ ਵੀ, BJP ਨੇ ਵੀ ਆਪਣਾ ਕੈਂਡੀਡੇਟ ਵਿਡਰਾਅ ਕਰਕੇ ਇਹਨਾਂ ਨੂੰ ਹਲੋਪਾ ਨੂੰ ਗੋਪਾਲ ਕਾਂਡਾ ਨੂੰ ਆਪਣਾ ਸਮਰਥਨ ਦਿੱਤਾ, ਅਤੇ ਐਡੀ ਵੱਡੀ ਜਿਹੜੀ ਚੁਣੌਤੀ ਹੈ ਕਿ ਤੁਸੀਂ ਇੱਕ ਪਾਸੇ ਇਕੱਲੇ ਹੋ ਅਤੇ ਬਾਕੀ ਪਾਸੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਤੁਹਾਨੂੰ ਚੁਣੌਤੀ ਦੇ ਰਹੀਆਂ ਨੇ, ਇਹ ਕਿਵੇਂ ਫਿਰ ਇਹਨੂੰ ਪਾਰ ਪਾਓਗੇ ਤੁਸੀਂ? ਦੇਖੋ, ਐਵੇਂ ਉਹ ਇਕੱਲਾ ਨਹੀਂ ਮੈਂ ਕਹਿ ਸਕਦਾ, ਕਾਂਗਰਸ ਪਾਰਟੀ ਦੀ ਟਿਕਟ ਹੈ, ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਹੈ ਮੇਰੇ ਨਾਲ, ਉਹਨਾਂ ਦਾ ਆਸ਼ੀਰਵਾਦ ਹੈ, ਅਤੇ ਇਹ ਲੋਕ ਤਾਂ ਡਰਾਇੰਗ ਰੂਮ 'ਚ ਬਹਿ ਕੇ ਗੱਠਜੋੜ ਕਰਨ ਵਾਲੇ ਲੋਕ ਨੇ, ਅਸੀਂ ਤਾਂ ਦਰਾਤਲ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਠਜੋੜ ਕਰਿਆ, ਅਤੇ ਮੈਂ ਸਮਝਦਾ ਕਿ ਲੋਕ ਇਹਨਾਂ ਸਾਰੀ ਪਾਰਟੀਆਂ ਦੀ ਅਸਲੀਅਤ ਵੀ ਜਾਣ ਚੁੱਕੇ ਹੈ ਕਿ ਕਿਸ ਪ੍ਰਕਾਰ ਨਾਲ ਇਹ ਆਪਦਾ ਉੱਲੂ ਸਿੱਧਾ ਕਰਨ ਲਈ ਕਿਸ ਪ੍ਰਕਾਰ ਨਾਲ ਰਾਤੋ ਰਾਤ ਪਲਟ ਸਕਦੇ ਹੈ। ਬਾਕੀ ਗੱਲ ਰਹੀ ਮੇਰੀ, ਤਾਂ ਮੇਰਾ ਸਾਰੇ ਸਰਸੇ ਦੀ ਜਨਤਾ ਨੂੰ ਪਤਾ ਹੈ ਕਿ ਮੈਂ ਕਦੇ ਕੋਈ ਸਵਾਰਥ ਦੀ ਰਾਜਨੀਤੀ ਨਹੀਂ ਕੀਤੀ। ਮੈਂ ਬੇਸ਼ੱਕ BJP 'ਚ ਵੀ ਸੀਗਾ, ਉਦੋਂ ਵੀ ਮੈਂ ਜੋ ਸਾਡੇ ਏਰੀਆ ਦੇ ਡਿਮਾਂਡਸ ਨੂੰ ਇਗਨੋਰ ਕਰਦੇ ਸੀ, ਤਾਂ ਮੈਂ ਤਾਂ ਉਹਨਾਂ ਦੇ ਖਿਲਾਫ਼ ਵੀ ਦਰੀ ਪਿਛਾ ਕੇ ਅਤੇ ਬਹੁਤ ਵਾਰੀ ਮੰਗ ਪ੍ਰਦਰਸ਼ਨ, ਵਿਰੋਧ ਪ੍ਰਦਰਸ਼ਨ ਕੀਤੇ ਹੈ। ਇਸ ਕਰਕੇ ਲੋਕਾਂ ਦਾ ਮੇਰੇ ਨਾਲ ਵਿਸ਼ਵਾਸ ਹੈ, ਅਤੇ ਜਿਹਦੇ ਨਾਲ ਜਨਤਾ ਹੋਏ, ਅਤੇ ਮੈਂ ਸਮਝਦਾ ਉਹਨੂੰ ਇਹੋ ਜਿਹੇ ਗੱਠਜੋੜਾਂ ਨਾਲ ਕੋਈ ਫਰਕ ਨਹੀਂ ਪੈਣਾ। BJP ਦਾ 10 ਸਾਲ ਦਾ ਕਾਰਜਕਾਲ ਇੱਥੇ ਰਿਹਾ, 10 ਸਾਲ ਲਗਾਤਾਰ BJP ਨੇ ਇੱਥੇ ਸ਼ਾਸਨ ਕੀਤਾ, ਇਸ 10 ਸਾਲਾਂ ਦੇ ਕਾਰਜਕਾਲ ਦੇ BJP ਦੇ ਇਸ 10 ਸਾਲਾਂ ਦੇ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਨਾਂ ਨੇ ਕੁਛ ਨਹੀਂ ਕੀਤਾ ਮੈਮ, ਇਹਨਾਂ ਨੇ ਸਿਰਫ ਤੇ ਸਿਰਫ ਇੱਕ ਆਪਦਾ ਵਧੀਆ ਰੈਸਟ ਹਾਊਸ ਜਿਹੜਾ ਉਹ ਬਣਾਇਆ ਹੈ 5-star। ਆਉਂਦੇ ਆ ਚੰਡੀਗੜ੍ਹੋਂ, ਦਿੱਲੀਓਂ, ਉੱਥੇ ਆਪਦਾ ਰਹਿ ਕੇ 2-3 ਦਿਨ ਆਪਦਾ ਖਾ ਪੀ ਕੇ ਅਤੇ ਪਿਕਨਿਕ ਮਨਾ ਕੇ ਵਾਪਸ ਚਲੇ ਜਾਂਦੇ ਆ। ਉਹਦੇ ਨਾਲ ਜਿਹੜੇ ਵਾਰਡ ਪੈਂਦੇ ਉਹ ਸਾਰੇ
VIP ਵਾਰਡਸ ਨੇ, ਉੱਥੇ ਨਾ ਤਾਂ ਪਾਣੀ ਆਵੇ ਢੰਗ ਦਾ, ਨਾ ਉੱਥੇ ਕੋਈ ਸੀਵਰੇਜ ਦੀ ਵਿਵਸਥਾ ਸਹੀ, ਨਾ ਕੋਈ ਲਾਈਟ ਦੀ ਵਿਵਸਥਾ ਸਹੀ। ਮਤਲਬ ਜਿਹੜਾ VIP ਏਰੀਆ ਹੈ, ਜਿਹੜਾ ਰੈਸਟ ਹਾਊਸ ਦੇ ਨੇੜੇ ਤੇੜੇ ਹੈ, ਸੈਕਟਰੀਏਟ ਦੇ ਨੇੜੇ ਤੇੜੇ ਹੈ, ਉਹਦਾ ਹੀ ਇੰਨਾ ਮਾੜਾ ਹਾਲ ਹੈ ਕਿ ਤੁਸੀਂ ਸੋਚ ਨਹੀਂ ਸਕਦੇ। ਇਹਨਾਂ ਦੀ ਪਰਫੋਰਮੈਂਸ ਤਾਂ ਜ਼ੀਰੋ ਰਹੀ ਹੈ, ਅਤੇ ਲੋਕ ਹੁਣ ਇਹਨਾਂ ਨੂੰ ਹਜ਼ਮ ਨਹੀਂ ਕਰਦੇ, ਇਹਨਾਂ ਦਾ ਝੰਡਾ ਦੇਖ ਕੇ ਵੀ ਕਿਤੇ ਨਾ ਕਿਤੇ ਲੋਕ ਐਲਰਜੀ ਕਰਦੇ ਆ। ਗੋਕੁਲ ਜੀ, ਜਿਹੜਾ ਆਪਾਂ ਜੇ ਦੇਖਿਆ ਤੁਹਾਡਾ ਚੋਣ ਪ੍ਰਚਾਰ ਵਿੱਚ ਦੁਪਿੰਦਰ ਹੁੱਡਾ ਵੀ ਸ਼ਾਮਿਲ ਹੋਏ, ਕੁਮਾਰੀ ਸ਼ੈਲਜਾ ਵੀ ਚੋਣ ਪ੍ਰਚਾਰ ਲਈ ਆ ਰਹੇ ਆ, ਜਿਹੜੀ ਸਟੇਟ ਲੀਡਰਸ਼ਿਪ ਹੈ, ਜਿਹੜੀ ਤੁਸੀਂ ਇਹਨਾਂ ਨਾਲ ਆਪਣਾ ਕੀ ਸੰਬੰਧ ਹੈ, ਜਾਂ ਕਿਵੇਂ ਦੇ ਤੁਹਾਨੂੰ, ਤੁਸੀਂ BJP ਛੱਡ ਕੇ ਕਾਂਗਰਸ ਵਿੱਚ ਜੁਆਇਨ ਕੀਤਾ, ਅਤੇ ਤੁਸੀਂ ਕਿਹਾ ਵੀ ਉੱਥੇ ਕਿ ਮੈਨੂੰ ਕਿਹਾ ਗਿਆ ਸੀ ਜੁਆਇਨਿੰਗ ਤੋਂ ਪਹਿਲਾਂ ਵੀ ਤੂੰ ਬਸ ਜੁਆਇਨ ਕਰ, ਤੇਰਾ ਇਲੈਕਸ਼ਨ ਜਿਹੜਾ ਦੁਪਿੰਦਰ ਹੁੱਡਾ ਆਪ ਲੜੇਗਾ। ਦੇਖੋ ਐਵੇਂ ਹੈ, ਮੈਂ ਇੰਡੀਪੈਂਡੈਂਟ ਲੜਿਆ ਸੀ ਲਾਸਟ ਇਲੈਕਸ਼ਨ, BJP ਤੋਂ ਨਹੀਂ ਲੜਿਆ ਸੀਗਾ, ਪਹਿਲੀ ਗੱਲ। ਅਤੇ ਦੂਜੀ ਇਹ ਹੈ ਕਿ ਮੇਰੀ ਚਰਚਾ ਕਾਂਗਰਸ ਦੀ ਲੀਡਰਸ਼ਿਪ ਨਾਲ ਸਾਰਿਆਂ ਨਾਲ ਹੋਈ ਸੀ, ਮੇਰੀ ਹੁੱਡਾ ਸਾਹਿਬ ਨਾਲ ਵੀ ਹੋਈ ਸੀ, ਸ਼ੈਲਜਾ ਜੀ ਨਾਲ ਵੀ ਹੋਈ ਸੀ। ਇਹਨਾਂ ਸਾਰਿਆਂ ਨੇ ਮੈਨੂੰ ਆਸ਼ਵਸਤ ਕੀਤਾ ਕਿ ਤੇਰੀ ਪਿਛਲੀ ਪਰਫੋਰਮੈਂਸ ਵਧੀਆ ਰਹੀ ਹੈ, ਅਸੀਂ ਚਾਹੁੰਦੇ ਹਾਂ ਤੁਸੀਂ ਇਲੈਕਸ਼ਨ ਲੜੋ, ਅਤੇ ਸਰਸੇ ਦੀ ਸੀਟ ਇੱਕ ਇਹੋ ਜਿਹੀ ਹੈ ਜਿੱਥੇ ਬੜਾ ਕੜਾ ਮੁਕਾਬਲਾ ਰਹਿੰਦਾ ਹੈ, ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਬੈਲਟ ਦੇ ਵਿੱਚ ਅਸੀਂ ਹੋਰ ਮਜ਼ਬੂਤ ਹੋਈਏ, ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਏਰੀਏ ਦੇ ਕੰਮ ਵੀ ਕਰਾਵਾਂਗੇ, ਤੁਹਾਨੂੰ ਮਜ਼ਬੂਤੀ ਮਿਲੂਗੀ। ਜੀ, ਜਿਸ ਤਰ੍ਹਾਂ ਪਹਿਲਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੱਕ ਰੈਸਟ ਹਾਊਸ BJP ਨੇ ਇੱਥੇ ਬਣਾਇਆ, ਅਤੇ ਮੋਸਟ ਆਫ ਦਾ ਜਿਹੜੇ MLAs ਨੇ ਉਹ ਉੱਥੇ ਹੀ ਰਹੇ ਨੇ, ਲੋਕਾਂ ਦੇ ਵਿੱਚੋਂ ਨਹੀਂ ਵਿਚਰੇ, ਕਿ ਜੇ ਲੋਕ ਤੁਹਾਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਨੇ, ਤੁਸੀਂ ਲੋਕਾਂ ਦੇ ਵਿੱਚ ਵਿਚਰੋਂਗੇ, ਲੋਕਾਂ ਦੀਆਂ ਸਮੱਸਿਆਵਾਂ ਸੁਣੋਗੇ? ਦੇਖੋ ਐਵੇਂ ਹੈ ਕਿ ਮੈਂ ਤਾਂ ਸਰਕਾਰ ਦੇ ਵਿੱਚ ਵੀ ਜਦੋਂ ਸੀਗਾ, ਅਤੇ ਉਦੋਂ ਮੇਰਾ ਹਰ ਹਫ਼ਤੇ 10 ਦਿਨ ਬਾਅਦ ਐਕਸ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਜੀ ਨਾਲ ਮੁਲਾਕਾਤ ਹੁੰਦੀ ਸੀ। ਪਾਰਟੀ ਨੇ ਉਦੋਂ ਮੈਨੂੰ ਕਈ ਆਫਰਸ ਦਿੱਤੇ ਸੀ, ਚੇਅਰਮੈਨ ਬਣਾ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਬਟ ਮੈਂ ਕਦੇ ਉਹਨਾਂ ਚੀਜ਼ਾਂ ਨੂੰ ਪ੍ਰਿਓਰਟੀ ਨਹੀਂ ਦਿੱਤੀ। ਮੇਰੀ ਪ੍ਰਿਓਰਟੀ ਸਰਸਾ ਦੀ ਜਨਤਾ ਹੈ, ਜਿਨ੍ਹਾਂ ਨੇ ਮੇਰੇ ਪਰਿਵਾਰ ਨੂੰ ਹਮੇਸ਼ਾ ਸਾਡੇ ਸਿਰ 'ਤੇ ਮੇਰ ਭਰਿਆ ਹੱਥ ਰੱਖਿਆ। ਅਤੇ ਉਸ ਤੋਂ ਬਾਅਦ ਮੈਂ ਇੰਡੀਪੈਂਡੈਂਟ ਵੀ ਲੜਿਆ, ਅਤੇ BJP ਵਾਲਿਆਂ ਨੇ ਮੈਨੂੰ ਕਿਹਾ ਸੀ ਕਿ ਤੂੰ ਇਲੈਕਸ਼ਨ ਨਾ ਲੜ, ਸਰਕਾਰ ਆ ਰਹੀ ਹੈ, ਅਸੀਂ ਤੈਨੂੰ ਕੋਈ ਮੁੱਖ ਭੂਮਿਕਾ ਦੇਵਾਂਗੇ। ਮੈਂ ਕਹਿੰਦੇ ਅਸੀਂ ਆਪਦੇ ਸਿਸਟਮ ਨਾਲ, ਬਲਕਿ ਚੁਣਾਵ ਲੜ ਕੇ ਆਪਦੇ ਹੱਕ ਮੰਗਦੇ ਨਹੀਂ ਅਸੀਂ ਤੋਂ, ਅਸੀਂ ਆਪਦੇ ਹੱਕ ਖੋਹਨੇ ਹਾਂ। ਅਸੀਂ ਕਿਸੇ ਅੱਗੇ ਸਰਸੇ ਵਾਲੇ ਚੋਲੀ ਨਹੀਂ ਫੈਲਾਉਂਦੇ, ਨਾ ਮੈਨੂੰ ਚੇਅਰਮੈਨੀਆਂ ਦਾ ਲਾਲਚ, ਅਤੇ ਸਾਨੂੰ ਤਾਂ ਇਹ ਸਾਡੇ ਏਰੀਏ 'ਤੇ ਕੰਮ ਹੋਣੇ ਚਾਹੀਦੇ ਆ। ਮੈਂ ਉਦੋਂ ਨਹੀਂ ਭੱਜਿਆ, ਤੇ ਮੈਂ ਹੁਣ ਕੀ ਅੱਗੇ ਭੱਜਣਾ ਹੈ। ਤੇ ਉਹਦੇ ਵਿੱਚ ਇੱਕ ਆਪਾਂ ਜਦੋਂ ਸਰਸੇ ਦੇ ਲੋਕਾਂ ਨਾਲ ਗੱਲ ਕਰ ਰਹੇ ਸੀ ਤੁਹਾਡੀ ਪਰਸਨੈਲਿਟੀ ਬਾਰੇ, ਤਾਂ ਇੱਕ ਬੜੀ ਸਾਨੂੰ ਦਿਲਚਸਪ ਗੱਲ ਪਤਾ ਲੱਗੀ ਕਿ ਤੁਸੀਂ ਜਦੋਂ ਸਵੇਰੇ ਜਾਂਦੇ ਸੀਗੇ ਤੇ ਆਪ ਝਾੜੂ ਫੜ ਕੇ ਤੁਸੀਂ ਸਫਾਈ ਅਭਿਆਨ ਸ਼ੁਰੂ ਕਰ ਦਿੰਦੇ ਸੀ, ਇਹ ਕਿੱਧਰੋਂ ਪ੍ਰੇਰਣਾ ਜਾਂ ਇੱਕ ਰਾਜਨੀਤਿਕ ਰੂਪ ਦੇ ਵਿੱਚ ਸੀਗਾ ਕਿ ਤੁਹਾਡੀ ਇੱਕ ਆਪਣੇ ਮਨ 'ਚ ਹੈਗੀ ਹੈ ਵੀ ਇਸ ਚੀਜ਼ ਨੂੰ ਮੈਂ ਲੈ ਕੇ ਜਾਣਾ? ਨਹੀਂ, ਦੇਖੋ ਗੱਲ ਐਵੇਂ ਹੈ ਜੀ, ਸਾਡੇ ਇੱਥੇ ਨਾ ਜਿਹੜੀ ਰਾਜਨੀਤੀ ਹੈ ਉਹਦਾ ਟ੍ਰੈਂਡ ਹੁਣ ਬਣ ਗਿਆ ਰਾਜਾ ਮਹਾਰਾਜਿਆਂ ਵਾਲਾ। ਉਹਨਾਂ ਦੇ ਬੂਟਾਂ 'ਤੇ ਥੋੜ੍ਹੀ ਜਿਹੀ ਮਿੱਟੀ ਵੀ ਪੈ ਜਾਏ ਨਾ, ਅਤੇ ਉਹ ਸਮਝਦੇ ਕਿ ਪਤਾ ਨਹੀਂ ਸਾਡੀ ਅੱਜ ਕੀ ਹੋ ਗਿਆ ਇਹ। ਅਤੇ ਇੱਕ ਟ੍ਰੈਂਡ ਬਣ ਗਿਆ ਕਿ 3-3 ਲੱਖ ਦੇ ਬੂਟ ਪਾ ਕੇ, ਕੋਈ ਲੀ ਵਿਟੋਨ ਦੇ ਕੋਈ ਹੋਰ, ਅਤੇ ਉਹ ਸੜਕਾਂ 'ਤੇ ਉਤਰਨਾ ਵੀ ਉਹਨਾਂ ਦੀ ਸ਼ਾਨ ਦੇ ਖਿਲਾਫ਼। MLA ਆਦਮੀ ਬਣਦਾ, MP ਬਣਦਾ, ਇਸ ਕਰਕੇ ਬਣਦਾ ਕਿ ਧਰਾਤਲ 'ਤੇ ਰਹਿ ਕੇ ਲੋਕਾਂ ਦੀ ਸੇਵਾ ਕਰੇ। ਮੈਂ ਤਾਂ ਇੱਕ ਉਹ ਐਗਜ਼ਾਮਪਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਅਤੇ ਦੂਜੀ ਗੱਲ, ਮੈਂ ਇਹੀ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਦੇਖੋ ਕਿੰਨੀ ਦੁਨੀਆ ਜਾਂਦੀ ਗੰਦਗੀ ਦਾ ਢੇਰ ਵਿੱਚ ਵਿਚਾਲੇ ਸੜਕਾਂ 'ਤੇ ਪਿਆ, ਇਹ ਲੋਕਾਂ ਨੂੰ ਦਿਖਦਾ ਹੀ ਨਹੀਂ ਹੈ। ਉਸ ਤੋਂ ਬਾਅਦ ਜਿਵੇਂ ਮੈਂ ਅਨਾਊਂਸ ਕੀਤਾ, ਅਗਲੇ ਦਿਨ ਇਹਨਾਂ ਨੇ ਮੇਰੇ ਅਪੋਜੀਸ਼ਨ ਵਾਲਿਆਂ ਨੇ ਟੋਲ ਫਰੀ ਨੰਬਰ ਕੱਢਤਾ ਕਿ ਜਿੱਥੇ ਕੋਈ ਕੂੜਾ ਹੈ ਤਾਂ ਦੱਸੋ। ਇਹ ਭਲੇ ਮਨ, ਸਾਨੂੰ ਇਹ ਨਹੀਂ ਪਤਾ ਕਿ ਤੁਹਾਡੀ ਕੌਨਸੀਕੁਐਂਸੀ ਹੈ ਅਤੇ ਕਿੱਥੇ ਕੀ ਬੁਰਾ ਹਾਲ ਹੋਇਆ ਪਿਆ, ਅਤੇ ਇਹ ਹਾਲਾਤ ਹੈ।
ਜੀ ਪੀਪੀਸੀਸੀ ਦੇ ਪ੍ਰੈਜ਼ੀਡੈਂਟ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਤੁਹਾਡੀ ਕਾਫੀ ਨੇੜਤਾ ਉਹਨਾਂ ਦੇ ਨਾਲ ਤੁਹਾਡੇ ਚੰਗੇ ਦੋਸਤ ਨੇ ਉਹ ਇੱਥੇ ਪ੍ਰਚਾਰ ਕਰਨ ਵੀ ਤੁਹਾਡੇ ਲਈ ਆ ਰਹੇ ਨੇ ਉਹਨਾਂ ਨਾਲ ਨੇੜਤਾ ਤੁਹਾਡੀ ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਪਈ ਹੈ ਜਾਂ ਪਹਿਲਾਂ ਤੋਂ ਫਰੈਂਡ ਸੀਗੇ ਉਹਨਾਂ ਦੇ ਨਾਲ ਮੇਰਾ ਪਿਛਲੇ 2000 ਤੁਸੀਂ ਲਾ ਲਓ 15-16 ਤੋਂ ਮੇਰੀ ਉਹਨਾਂ ਨਾਲ ਦੋਸਤੀ ਹੈ ਮੇਰੇ ਵੱਡੇ ਭਰਾ ਨੇ ਅਤੇ ਇੱਕ ਅੱਛਾ ਬੌਂਡ ਹੈ ਸਾਡਾ ਅਤੇ ਉਹਨਾਂ ਨੇ ਬੜਾ ਮੇਰੇ ਲਈ ਹਮੇਸ਼ਾ ਸਟੈਂਡ ਲਿਆ ਰਾਜਨੀਤਿਕ ਤੌਰ 'ਤੇ ਨਹੀਂ ਪਰਸਨਲੀ ਵੀ ਕਦੇ ਕੋਈ ਫੇਵਰ ਚਾਹੀਦੀ ਹੁੰਦੀ ਸੀਗੀ ਤਾਂ ਅਤੇ ਇੱਕ ਅਸੀਂ ਮਤਲਬ ਬਹੁਤ ਗੂੜਾ ਸਾਡਾ ਪਿਆਰ ਹੈ ਭਰਾਵਾਂ ਵਾਲੀ ਗੱਲ ਅਤੇ ਗੋਕੁਲ ਜੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ ਯੂਥ ਹੈ ਉਹਦੇ ਵਿੱਚ ਨਸ਼ਾ ਕਾਫੀ ਵੱਧ ਗਿਆ ਬੇਰੁਜ਼ਗਾਰੀ ਹੈ ਤੁਸੀਂ ਆਪ ਖੁਦ ਯੰਗ ਹੋ ਅਤੇ ਇਸ ਚੀਜ਼ ਨੂੰ ਕਿਉਂਕਿ ਆਮ ਤੌਰ 'ਤੇ ਮੰਨਿਆ ਜਾਂਦਾ ਪੋਲੀਟੀਕਲ ਨੈਕਸਸ ਦੇ ਨਾਲ ਹੀ ਸਭ ਕੁਛ ਚੱਲਦੀਆਂ ਪਾਵਰ ਮਨੀ ਦੇ ਨਾਲ ਈਵਨ ਕਿ ਹੁਣ ਇਹ ਵੀ ਆਰੋਪ ਲੱਗਦੇ ਆ ਕਿ ਜਿਹੜੇ ਇਲੈਕਸ਼ਨ ਵੀ ਲੜੇ ਜਾਂਦੇ ਉਹ ਡਰੱਗ ਮਨੀ ਦੇ ਥਰੂ ਹੀ ਲੜੀ ਜਾਂਦੇ ਆ ਅੱਜ ਦੇ ਟਾਈਮ ਦੇ ਵਿੱਚ ਅਤੇ ਇਸ ਚੀਜ਼ ਨੂੰ ਤੁਸੀਂ ਉਹ ਜਿਹੜੇ ਡਰ ਨੈਕਸਸ ਹੁੰਦਾ ਹੈ ਉਹਨੂੰ ਤੁਸੀਂ ਜੇ ਆਉਂਦੇ ਹੋ ਤੁਹਾਡੀ ਸਰਕਾਰ ਵਿੱਚ ਤੁਸੀਂ ਵਧੀਆ ਭੂਮਿਕਾ ਵਿੱਚ ਵੀ ਆਉਂਦੇ ਹੋ ਤੇ ਐਜ਼ ਅ ਯੰਗ ਤੁਸੀਂ MLA ਬਣਦੇ ਹੋ ਤਾਂ ਕੀ ਤੁਹਾਡੀਆਂ ਪ੍ਰਾਇਓਰਟੀਜ਼ ਰਹਿਣਗੀਆਂ ਕਿਵੇਂ ਤੁਸੀਂ ਯੂਥ ਨੂੰ ਉਸ ਪਾਸੇ ਦਲਦਲ ਦੀ ਨਸ਼ੇ ਚੋਂ ਦਲਦਲ ਚੋਂ ਕੱਢ ਕੇ ਲਿਆਓਗੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਕਿਵੇਂ ਉਹਨੂੰ ਹੱਲ ਕਰੋਗੇ ਤਾਂ ਕਿ ਉਹਨੂੰ ਰੋਜ਼ਗਾਰ ਮਿਲੇ ਦੇਖੋ ਮੈਨੂੰ ਇੱਥੇ ਬਚਪਨ ਤੋਂ ਲੈ ਕੇ ਹੁਣ ਤੀਕਰ ਮੈਨੂੰ ਗਲੀ ਗਲੀ ਦਾ ਚੱਪੇ ਚੱਪੇ ਦਾ ਪਤਾ ਹਰ ਏਰੀਆ ਦੇ ਵਿੱਚ ਸਾਡੀ ਟੀਮ ਹੈ ਸਾਨੂੰ ਇਹ ਵੀ ਪਤਾ ਕਿੱਥੇ ਕੀ ਚਿੱਟਾ ਵਿਕ ਰਿਹਾ ਅਸੀਂ ਬਹੁਤ ਵਾਰੀ ਕੰਪਲੇਂਟਸ ਵੀ ਦਿੱਤੀਆਂ ਬਟ ਉੱਥੇ ਕੋਈ ਐਕਸ਼ਨ ਨਹੀਂ ਹੁੰਦਾ ਕਿਉਂਕਿ ਪੋਲੀਟੀਕਲ ਲੋਕ ਰਲੇ ਮਿਲੇ ਅਤੇ ਤੁਸੀਂ ਦੇਖਿਓ ਮੈਂ ਤਾਂ ਧਰਾਤਲ 'ਤੇ ਹਰ ਬੰਦੇ ਨੂੰ ਪਰਸਨਲੀ ਜਾਣਨਾ ਅਤੇ ਕਿਸ ਪ੍ਰਕਾਰ ਨਾਲ ਸਖਤਾਈ ਹੋਊਗੀ ਉਹ ਆਉਣ ਵਾਲਾ ਸਮਾਂ ਦੱਸੇਗਾ ਅਤੇ ਤੁਸੀਂ ਦੇਖੋਗੇ ਕਿ ਕਿੰਨੇ ਵੱਡੇ ਵੱਡੇ ਚੇਂਜਿਸ ਆਉਂਦੇ ਝੜੀ ਲੱਗੂਗੀ ਕਿਉਂਕਿ ਇਹਨਾਂ ਨੇ ਇੰਨੇ ਲੋਕਾਂ ਨੂੰ ਸ਼ੈਲਟਰ ਦੇ ਰੱਖਿਆ ਇਹੋ ਜਿਹਿਆਂ ਨੂੰ ਜਿਹੜਾ ਨਸ਼ਾ ਵੇਚਦੇ ਇੱਕ ਇਹਨਾਂ ਦਾ ਪੂਰਾ ਮਾਫੀ ਹੈ ਅਤੇ ਉਹਦਾ ਪਰਦਾਫਾਸ਼ ਜੋ ਹੈ ਉਹ ਹੋਏਗਾ ਜਦੋਂ ਸਰਕਾਰ ਦੇ ਵਿੱਚ ਇਨਵੋਲਵਮੈਂਟ ਸਾਡੀ ਹੋਏਗੀ ਅਤੇ ਵਧੀਆ ਉਚਿਤ ਅਤੇ ਸਖ਼ਤ ਕਾਰਵਾਈ ਕਰਾਈ ਜਾਏਗੀ ਦੀਪਿੰਦਰ ਹੁੱਡਾ ਵੀ ਨੇ ਕੱਲ੍ਹ ਬਿਆਨ ਦਿੱਤਾ ਸੀਗਾ ਵੀ ਉਹਨਾਂ ਨੂੰ 15 ਦਿਨ ਦਾ ਅਲਟੀਮੇਟਮ ਦੇ ਰਹੇ ਹਾਂ ਵੀ ਸਰਕਾਰ ਤੋਂ ਬਾਅਦ ਅਸੀਂ ਫਿਰ ਉਹਨਾਂ ਨੂੰ ਛੱਡਾਂਗੇ ਨਹੀਂ ਬਿਲਕੁਲ ਨਹੀਂ ਛੱਡਾਂਗੇ ਮੇਰੀ ਭਾਈ ਸਾਹਿਬ ਨਾਲ ਗੱਲ ਹੋਈ ਸੀਗੀ ਅਤੇ ਇਹੀ ਸੀਗਾ ਕਿ ਜੀ ਮੈਂ ਆਪ ਯੰਗਸਟਰ ਹਾਂ ਅਤੇ ਮੈਂ ਇਹਨਾਂ ਚੀਜ਼ਾਂ ਨੂੰ ਸਮਝਦਾ ਕਿ ਸਾਡੇ ਭਰਾ ਜਿਹੜੇ ਕੋਈ ਸਾਲ ਪਹਿਲਾਂ ਮੈਂ ਮਿਲਿਆ ਸੀ ਜਮ੍ਹਾਂ ਠੀਕ ਸੀਗੇ ਅੱਜ ਉਹਨਾਂ ਨੂੰ ਦੇਖਦੇ ਹਾਂ ਜੇ ਕੋਈ ਨਸ਼ਾ ਕਰਨ ਲੱਗ ਗਿਆ ਉਹਦੇ ਹਾਲਾਤ ਦੇਖ ਕੇ ਉਹਦੇ ਘਰ ਦੇ ਹਾਲਾਤ ਦੇਖ ਕੇ ਰੂਹ ਕੰਬੜਤੀ ਕਿ ਹੋ ਕੀ ਗਿਆ ਅਤੇ ਇਸ ਕਰਕੇ ਦੇਖੋ ਸਖਤਾਈ ਬਹੁਤ ਜ਼ਰੂਰੀ ਫਿਰ ਹੀ ਜਾ ਕੇ ਪਾਰ ਪਊਗੀ ਹਾਲ ਹੀ ਦੇ ਵਿੱਚ ਤੁਹਾਡੀ ਸੁਰੱਖਿਆ ਦੇ ਵਿੱਚ ਵੀ ਇਜ਼ਾਫਾ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੁਸੀਂ ਇਸ ਸੰਬੰਧੀ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ ਤੁਹਾਨੂੰ ਤੁਸੀਂ ਇਹ ਵੀ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ ਆਪਣੀ ਜਿਹੜੀ ਪਟੀਸ਼ਨ ਤੁਸੀਂ ਦਾਇਰ ਕੀਤੀ ਸੀ ਕਿਸ ਤੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਜਾਂ ਇਸ ਤਰ੍ਹਾਂ ਦੇ ਕੋਈ ਕਾਲਸ ਤੁਹਾਨੂੰ ਆਏ ਬਿਲਕੁਲ ਜੀ ਪਹਿਲਾਂ ਥੋੜ੍ਹਾ ਟਾਈਮ ਪਹਿਲਾਂ ਕੁਛ ਸ਼ੂਟਰ ਫੜੇ ਗਏ ਸੀਗੇ ਅਤੇ ਉਹ ਜਦੋਂ ਉਹਨਾਂ ਦਾ ਡਿਸਕਲੋਜ਼ਰ ਆਇਆ ਉਹਦੇ ਵਿੱਚ ਉਹਨਾਂ ਨੇ ਮੇਰਾ ਨਾਮ ਦੱਸਿਆ ਕਿ ਮੇਰੇ 'ਤੇ ਅਟੈਕ ਪਲਾਨ ਆਏ ਸੀਗੇ ਉਸ ਤੋਂ ਬਾਅਦ ਮੈਨੂੰ ਐਕਸਟੋਰਸ਼ਨ ਮਨੀ ਦੀ ਕਾਲ ਵੀ ਆਈ ਸੀਗੀ ਬਸ ਉਹਨਾਂ ਚੀਜ਼ਾਂ ਨੂੰ ਲੈ ਕੇ ਅਤੇ ਮੈਨੂੰ ਵੀ ਸੀਗਾ ਕਿ ਕੁਛ ਉਹਨਾਂ ਦੇ ਨਾਲ ਲਿੰਕਡ ਲੋਕ ਨੇ ਜਿਹੜੇ ਸਾਡੇ ਸਿਰਸਾ ਦੇ MLA ਦੇ ਉਹ ਵੀ ਲਿੰਕ 'ਚ ਨੇ ਕੋਮਨ ਲਿੰਕ 'ਚ ਨੇ ਤਾਂ ਹੁਣ ਇਹਨਾਂ ਦੇ ਅੱਖਾਂ 'ਚ ਸਿਰਫ ਮੈਂ ਹੀ ਰੜਕਦਾ ਇਹਨਾਂ ਨੂੰ ਹੈਗੇ ਇਹਦਾ ਪੱਤਾ ਕਿਵੇਂ ਕੱਟਿਆ ਜਾਵੇ ਜਾਂ ਕਿਸੇ ਵੀ ਹੱਥਕੰਡੇ ਅਪਣਾ ਸਕਦੇ ਕਿਸੇ ਵੀ ਹੱਦ ਤੱਕ ਉਤਰ ਸਕਦੇ ਆ ਇਸ ਕਰਕੇ ਮੈਂ ਪਟੀਸ਼ਨ ਲਾਈ ਸੀ ਕਿਉਂਕਿ ਇਲੈਕਸ਼ਨ ਦਾ ਕੰਮ ਇਹੋ ਜਾਂਦਾ ਰਸ਼ ਦੇ ਵਿੱਚ ਅਤੇ ਮੈਂ ਚਾਹੁੰਦਾ ਸੀਗਾ ਕਿ ਚਲੋ ਜੋ ਸਿਕਿਉਰਿਟੀ ਪਹਿਲਾਂ ਹੈ ਉਹ ਹੈ ਬਟ ਇਹਦੇ ਅੰਦਰ ਬੜੋਤਰੀ ਕੀਤੀ ਜਾਵੇ ਤਾਂ ਕਿ
ਮੈਂ ਆਪਦੇ ਆਪ ਨੂੰ ਸੇਫ ਰੱਖ ਸਕਾਂ ਜੀ। ਕਿਹੜੀ ਗੈਂਗ ਦੇ ਵੱਲੋਂ ਇਹ ਤੁਹਾਨੂੰ ਰੰਗਦਾਰੀਆਂ ਦੀਆਂ ਕਾਲਸ ਆਈਆਂ ਸੀ? ਕਿਉਂ ਪਤਾ ਹੈ, ਪੁਰਾਣੀ ਗੱਲ ਹੋ ਗਈ ਹੈ, ਮੈਂ ਸਾਰੀ ਕੰਪਲੇਂਟਸ ਵਗੈਰਾ ਜੋ ਵੀ ਸੀਗੀਆਂ ਉਹ ਦਾਇਰ ਕਰ ਚੁੱਕਿਆ ਤੇ ਮੈਂ ਸਮਝਦਾ ਕਿ ਠੀਕ ਹੈ, ਚਲੋ ਮਾਮਲਾ ਜਿਹੜਾ ਠੰਡਾ ਹੋਏ, ਕਿਉਂ ਮੇਰਾ ਕੋਈ ਲੈਣਾ ਦੇਣਾ ਨਹੀਂ ਸੀਗਾ। ਵਾਰੀ ਵਾਰੀ ਉਹ ਚੀਜ਼ ਰਿਪੀਟ ਕਰਕੇ ਮੈਂ ਨਹੀਂ ਚਾਹੁੰਦਾ ਕਿਸੇ ਨੂੰ ਐਵੇਂ ਪ੍ਰੋਵੋਕ ਕਰਨਾ। ਤੇ ਗੋਕੁਲ ਜੀ, ਜਿਹੜਾ ਬੀਜੇਪੀ ਨੇ ਇੱਕ ਮੂਵ ਲਿਆ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ, ਮਨੋਹਰ ਲਾਲ ਖੱਟਰ ਉਹਨਾਂ ਨੂੰ ਹਟਾਇਆ ਗਿਆ ਤੇ ਨਾਇਬ ਸੈਣੀ ਉਹਨਾਂ ਨੂੰ ਉੱਥੇ ਚੀਫ ਮਿਨਿਸਟਰ ਲਗਾਇਆ ਗਿਆ, ਇਸ ਚੀਜ਼ ਨੂੰ ਮੂਵ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਮਨੋਹਰ ਲਾਲ ਖੱਟਰ ਹੁਣੇ ਵਿਸ਼ਵਾਸ ਹੋ ਚੁੱਕੇ ਸੀ ਜਾਂ ਉਹਨਾਂ ਦੀ ਕੋਈ ਆਪਣੀ ਸਟ੍ਰੈਟਜੀ ਸੀ ਕਿ ਆਪਾਂ ਇਸ ਐਂਟੀ ਇਨਕੰਬੈਂਸੀ ਜਿਹੜੀ ਆਪਾਂ ਨੂੰ ਧਰਾਤਲ ਦੇ ਦਿਖ ਰਹੀ ਹੈ ਹਰਿਆਣੇ ਦੇ ਵਿੱਚ, ਕਿ ਉਹਨੂੰ ਉਸ ਨੂੰ ਬੈਲੈਂਸ ਕਰ ਸਕੇ, ਉਹਨੂੰ ਟੈਕਲ ਜਿਹੜਾ ਕਰਨਾ ਚਾਹੁੰਦੇ ਸੀ ਬੀਜੇਪੀ ਉਸ ਮੂਵ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕਿੰਨਾ ਕਾਮਯਾਬ ਹੋਈ ਕਿ ਨਹੀਂ? ਕਈ ਬਾਈ ਇਲੈਕਸ਼ਨ ਹੋਏ ਵਿੱਚ, ਬੜੌਦਾ ਵਾਲਾ ਹੋਇਆ, ਇਲਾਹਾਬਾਦ ਵਾਲਾ ਬਾਈ ਇਲੈਕਸ਼ਨ ਹੋਇਆ, ਉਹ ਦੋਨੋਂ ਇਹਨਾਂ ਨੇ ਲੂਜ਼ ਕੀਤੇ। ਇੱਕ ਜਿਹੜਾ ਸਿਰਫ ਆਦਮਪੁਰ ਵਾਲਾ ਇਲੈਕਸ਼ਨ ਸੀ, ਉਹ ਤਾਂ ਚਲੋ ਕੁਲਦੀਪ ਬਿਸ਼ਨੋਈ ਜੀ ਦੀ ਇੱਕ ਚੌਧਰੀ ਭਜਨ ਲਾਲ ਜੀ ਕਰਕੇ ਇੱਕ ਪੁਰਾਣੀ ਆਪਦੀ ਇੱਕ ਪਹਿਚਾਣ ਸੀਗੀ, ਉਸ ਕਰਕੇ ਉਹਨਾਂ ਨੂੰ ਹੈਲਪ ਮਿਲੀ। ਨਹੀਂ ਤਾਂ ਬਾਕੀ ਤਾਂ ਬੁਰਾ ਹਾਲ ਸੀ, ਪਰਫੋਰਮੈਂਸ ਬਾਈ ਇਲੈਕਸ਼ਨਾਂ 'ਚ ਵੀ ਹਾਈਕਮਾਂਡ ਨੇ ਦੇਖੀ ਬੀਜੇਪੀ ਦੀ, ਲੇਕਿਨ ਇਹਨਾਂ ਨੇ ਬੜੀ ਦੇਰੀ ਕਰਤੀ ਸੀਗੀ। ਫਿਰ ਲਾਸਟ ਦੇ ਅੰਦਰ ਇਹਨਾਂ ਨੇ ਦੇਖਿਆ ਕਿ ਚੁਣਾਵ ਨਜ਼ਦੀਕ ਆ ਰਹੇ ਹੈ ਅਤੇ ਨਾਲ ਦੇ ਨਾਲ ਇਹਨਾਂ ਨੇ ਮੁੱਖਿਆ ਮੰਤਰੀ ਚੇਂਜ ਕਰਤੇ। ਇਹਦਾ ਮਤਲਬ ਉਹਨਾਂ ਨੂੰ ਆਪ ਨੂੰ ਅਹਿਸਾਸ ਸੀਗਾ ਕਿ ਇਹ ਗੁੱਡ ਗਵਰਨੈਂਸ ਨਹੀਂ ਦੇ ਪਾ ਰਹੇ, ਇਸ ਕਰਕੇ ਉਹਨਾਂ ਨੇ ਮੁੱਖ ਮੰਤਰੀ ਬਦਲ ਕੇ ਆਪਦਾ ਫੇਲੀਅਰ ਆਪ ਐਕਸੈਪਟ ਕਰ ਲਿਆ। ਜੀ, ਮੌਜੂਦਾ ਸਰਕਾਰ ਦਾ ਤੁਸੀਂ ਜ਼ਿਕਰ ਕੀਤਾ ਹੈ, ਕਿਸਾਨਾਂ ਦੇ ਵਿੱਚ ਵੀ ਮੌਜੂਦਾ ਸਰਕਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਨਾਰਾਜ਼ਗੀਆਂ ਨੇ। ਇੱਕ ਅੰਦੋਲਨ ਸ਼ੰਭੂ ਬਾਰਡਰ ਤੇ ਵੀ ਚੱਲ ਰਿਹਾ ਹੈ, MSP ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ, ਹਾਲਾਂਕਿ ਭੁਪਿੰਦਰ ਸਿੰਘ ਹੁੱਡਾ ਪਹਿਲਾਂ ਹੀ ਇਹ ਕਹਿ ਚੁੱਕੇ ਨੇ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਸ਼ੰਭੂ ਬਾਰਡਰ ਪਹਿਲ ਦੇ ਆਧਾਰ ਤੇ ਖੁਲਾਇਆ ਜਾਏਗਾ। ਹੋਰ ਕੀ ਕੁਝ ਕਿਸਾਨਾਂ ਦੇ ਲਈ ਕਾਂਗਰਸ ਕਰਨ ਜਾ ਰਹੀ ਹੈ? ਦੇਖੋ, ਇਹ ਕੁਝ ਸਟੇਟ ਲੈਵਲ ਦੀ ਹਾਈ ਲੀਡਰਸ਼ਿਪ ਦੀ ਜਿਹੜੀ ਹੈਗੀ ਉਹਦੀ ਗੱਲ ਹੈਗੀ ਹੈ, ਬਟ ਹਾਂ, ਸਾਨੂੰ ਉਮੀਦ ਹੈ ਕਿ ਕਾਂਗਰਸ ਚੰਗਾ ਕੰਮ ਕਰੇਗੀ, ਕਿਉਂਕਿ ਕਿਸ ਪ੍ਰਕਾਰ ਨਾਲ, ਕਿੰਨੀ ਬੇਸ਼ਰਮੀ ਨਾਲ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦਾ ਸ਼ੋਸ਼ਣ ਕਰਨ ਦਾ ਕੰਮ ਕੀਤਾ, ਅਤੇ ਸਾਨੂੰ ਉਮੀਦ ਹੈ ਕਿ ਕਾਂਗਰਸ ਪੋਜ਼ਿਟਿਵਲੀ ਸਾਰਾ ਕੁਝ ਕਿਸਾਨਾਂ ਲਈ ਕਰੇਗੀ। ਅਤੇ ਗੋਕੁਲ ਜੀ, ਜਿਹੜੇ ਰਾਹੁਲ ਗਾਂਧੀ ਇੱਕ ਜਿਹੜੀ ਪਰਸੈਪਸ਼ਨ ਪਹਿਲਾਂ ਬਣਾਈ ਗਈ ਸੀ, ਉਹਨਾਂ ਨੇ ਉਸਨੂੰ ਤੋੜਿਆ, ਉਹਨਾਂ ਜਿੰਨੀ ਸ਼ਿੱਦਤ ਨਾਲ ਉਹ ਕੰਮ ਕਰ ਰਹੇ ਆ, ਅਤੇ ਅੱਜ ਉਹਨਾਂ ਨੂੰ ਇੱਕ ਲੀਡਰ ਦੇ ਤੌਰ 'ਤੇ ਪਛਾਣਿਆ ਜਾ ਰਿਹਾ ਪੂਰੇ ਇੰਡੀਆ ਦੇ ਵਿੱਚ, ਤੁਸੀਂ ਉਹਨਾਂ ਦੀ ਛਵੀ ਨੂੰ, ਤੁਹਾਨੂੰ ਕੀ ਲੱਗਦਾ ਵੀ ਜਿਹੜੀ ਇੱਕ ਚੀਜ਼ ਕਈ ਵਾਰੀ IT ਸੈੱਲ ਵੱਲੋਂ ਚਲਾਈ ਜਾਂਦੀ, ਇੱਕ ਪ੍ਰੋਪਾਗੈਂਡੇ ਚਲਾਈ ਜਾਂਦੇ ਨੇ, ਉਸ ਚੀਜ਼ ਨੂੰ ਕਿਵੇਂ ਤੁਸੀਂ ਮੰਨਦੇ ਹੋ ਕਿ ਅੱਜ ਦੀ ਜਿਹੜੀ ਸ਼ਖਸੀਅਤ ਉਹਨਾਂ ਦੀ ਉੱਭਰ ਕੇ ਆ ਰਹੀ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਰਾਹੁਲ ਗਾਂਧੀ ਜੀ ਬਹੁਤ ਡੀਸੈਂਟ ਇਨਸਾਨ ਹੈ, ਸ਼ਰੀਫ ਆਦਮੀ ਹੈ। ਬੇਸ਼ੱਕ ਮੈਂ ਵੀ ਅਪੋਜੀਸ਼ਨ 'ਚ ਰਿਹਾ ਕਾਂਗਰਸ ਦੇ ਜਦੋਂ ਅਗੇਂਸਟ ਰਿਹਾ, ਜਾਂ ਹੋਰ ਵੀ ਜਿਹੜੇ ਲੀਡਰ ਕਾਂਗਰਸ ਦੇ ਅਗੇਂਸਟ ਨੇ, ਪਰਸਨਲੀ ਜਿਹੜਾ ਉਹਨਾਂ ਨੂੰ ਮਿਲਿਆ ਹੈ ਜਾਂ ਉਹਨਾਂ ਨੂੰ ਨੋਟਿਸ ਕਰਦਾ ਉਹਨਾਂ ਦੇ ਕੰਮ ਨੂੰ, ਉਹਨਾਂ ਦੀ ਨੇਚਰ ਨੂੰ, ਇੱਕ ਦੇਖੋ ਜਿੰਨੇ ਵੱਡੇ ਪਰਿਵਾਰ 'ਚੋਂ ਇਨਸਾਨ ਹੈਗੇ ਹੈ, ਅਤੇ ਬਹੁਤ ਡਾਊਨ ਟੂ ਅਰਥ ਹੈ, ਸ਼ਰੀਫ ਆਦਮੀ ਹੈ। ਅਤੇ ਦੂਜੀ ਗੱਲ, ਉਹਨਾਂ ਦੇ ਪਰਿਵਾਰ ਦੇ ਵਿੱਚ ਜਿਵੇਂ ਜੋ ਵੀ ਅਪਸ ਐਂਡ ਡਾਊਨਸ ਆਏ, ਉਸ ਕਰਕੇ ਵੀ ਫਿਰ ਵੀ ਕਿਤੇ ਨਾ ਕਿਤੇ ਹੌਸਲਾ ਨਹੀਂ ਛੱਡਿਆ, ਅੱਜ ਤੱਕਰ ਲੱਗੇ ਹੋਏ ਹੈ। ਅਤੇ ਤੁਸੀਂ ਇਹ ਦੇਖੋ ਕਿ ਸਾਰੀ ਲੀਡਰਸ਼ਿਪ ਨੂੰ ਇਕੱਠੇ ਮਿਲਾ ਕੇ ਚੱਲਣ ਦੇ ਵਿੱਚ ਕਿਤੇ ਨਾ ਕਿਤੇ ਪ੍ਰਯਾਸ ਉਹਨਾਂ ਦਾ ਰਹਿੰਦਾ ਹੈ, ਅਤੇ ਲੇਕਿਨ ਉਹਨਾਂ ਦਾ ਤਾਨਾਸ਼ਾਹ ਰੁੱਖ ਨਹੀਂ ਜਿਵੇਂ BJP ਦਾ। ਉਹ ਤਾਂ ਕੀ ਕਰਦੇ, BJP ਵਾਲੇ ਤਾਂ ਆਪਦੇ ਵਾਲੇ ਹੀ ਕੁਛ ਥੋੜ੍ਹਾ ਜਿਹਾ ਬੋਲਦੇ ਉਹਨੂੰ ਸ਼ਾਮ ਨੂੰ ਹੀ, ਅਤੇ ਚੁਕਾਈ ਲੈਂਦੇ, ਤੋਰ ਦਿੰਦੇ। ਅਤੇ ਇੱਥੇ ਕੀ ਹੈ ਕਿ ਠੀਕ ਹੈ, ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੀ ਥੋੜ੍ਹਾ ਜਿਹਾ ਔਖਾ ਹੋ ਲੈਂਦੀ ਹੈ, ਉਹ ਤਾਂ ਹੋ ਲੈਂਦੀ ਕਿਉਂਕਿ ਉਹ ਸ਼ਰੀਫ ਆਦਮੀ ਸੋਫਟ ਸਪੋਕਨ ਹੈ, ਸੁਣਦੇ ਹੈ,
ਤੇ ਠੀਕ ਹੈ, ਪਰਿਵਾਰ ਸਮਝ ਕੇ ਚੱਲਦੇ ਹੈ ਤੇ ਇਹੀ ਹੋਣਾ ਚਾਹੀਦਾ, ਨਹੀਂ ਤਾਂ ਬੀਜੇਪੀ ਚ ਤਾਂ ਤਾਨਾਸ਼ਾਹੀ ਹੈ। ਇੱਕ ਇੰਟਰਵਿਊ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਮੇਰੀ ਇਲੈਕਸ਼ਨ ਹੈ ਉਹ ਤਾਂ ਲੋਕ ਲੜਦੇ ਨੇ, ਲੋਕ ਮੈਨੂੰ ਲੜਾਉਂਦੇ ਨੇ, ਪੈਸਾ ਵੀ ਲੋਕਾਂ ਦਾ ਹੀ ਹੁੰਦਾ। ਜੀ ਬਿਲਕੁਲ, ਇਹਦੇ ਵਿੱਚ ਕੋਈ ਦੁਰਾਈ ਨਹੀਂ ਹੈ ਤੇ ਕਿਤੇ ਨਾ ਕਿਤੇ ਮੈਨੂੰ ਇਸ ਚੀਜ਼ ਦੀ ਖੁਸ਼ੀ ਵੀ ਹੈ ਕਿ ਮੇਰੀ ਟੀਮ ਇੰਨੀ ਸਟਰੋਂਗ ਹੈ ਕਿ ਉਹ ਸਾਰਾ ਕੁਛ ਆਪਦੇ ਹਿਸਾਬ ਨਾਲ ਕਰਦੇ। ਮੈਂ ਕਦੇ ਕਹਿੰਦਾ ਵੀ ਹਾਂ ਕਿ ਭਾਈ ਉੱਥੇ ਚਾਰ ਪੈਸੇ ਲਾਣੇ, ਆਪਾਂ ਕੋਈ ਦਫ਼ਤਰ ਖੋਲ੍ਹਣਾ ਜਾਂ ਕੋਈ ਪ੍ਰੋਗਰਾਮ ਕਰਨਾ, ਉਲਟਾ ਮੈਨੂੰ ਡਾਂਟ ਦਿੰਦੇ ਕਈ ਵਾਰੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ, ਇਹ ਸਾਡਾ ਆਪਦਾ ਇਲੈਕਸ਼ਨ। ਅਤੇ ਉਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਹਾਂ ਅਸੀਂ ਸਾਡੀ ਅਸਲੀ ਕਮਾਈ ਹੈ ਜੋ ਅਸੀਂ ਪਿਆਰ ਬਣਾਇਆ ਆਪਦੇ ਲੋਕਾਂ 'ਚ। ਅਤੇ ਗੋਕੁਲ ਜੀ, ਹੁਣ ਤੁਸੀਂ ਆਪਣੇ ਜਿਹੜੇ ਵੋਟਰਸ ਨੇ ਸਿਰਸੇ ਦੇ ਵੋਟਰਸ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਤੁਸੀਂ ਆਪਣੀ ਕੈਂਪੇਨ ਮੈਸੇਜ ਆਪਾਂ ਹਰਿਆਣਵੀ ਵਿੱਚ ਨਾ ਸੁਣੀਏ? ਹਾਂ ਹਰਿਆਣਵੀ ਵਿੱਚ ਜੀ, ਹਰਿਆਣਵੀ ਵਿੱਚ ਜੀ। ਦੇਖੋ ਮੈਂ ਤਾਂ ਇਹੀ ਮੈਸੇਜ ਦੇਣਾ ਚਾਹਾਂਗਾ ਸਾਰੇ ਲੋਕਾਂ ਨੇ ਕਿ ਈਬ ਕੀ ਕੋਈ ਗਲਤੀ ਨਾ ਕਰ ਦੇਣਾ, ਨਹੀਂ ਤਾਂ 5 ਸਾਲ ਜਿਹਾ ਇਹ ਸਰਕਾਰ ਨੇ ਆਪਾਂ ਨੇ ਕੂਟਿਆ ਔਰ ਲੁੱਟਿਆ, ਜੋ ਫਿਰ ਦਬਾ ਕੇ ਕੂਟੇਗਾ ਔਰ ਲੁੱਟੇਗਾ। ਤਾਂ ਚੂਕ ਨਾ ਜਾਣਾ, ਸੱਚੇ ਕੋ ਚੁਣਨਾ, ਅੱਛੇ ਕੋ ਚੁਣਨਾ, ਤਭੀ ਕਹੀਂ ਜਾ ਕੇ ਆਪਕੇ ਇਲਾਕੇ ਕਾ, ਆਪਕੇ ਆਨੇ ਵਾਲੀ ਪੀੜ੍ਹੀ ਕਾ ਭਵਿਸ਼ਯ ਜੋ ਹੈ ਵੋ ਉਜਵਲ ਹੋ ਸਕਦਾ ਹੈ। ਜੀ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਸਮਾਂ। ਥੈਂਕ ਯੂ। ਤਾਂ ਇਸ ਸੰ ਸਾਡੇ ਨਾਲ ਸਿਰਸਾ ਤੋਂ ਕਾਂਗਰਸ ਦੇ ਉਮੀਦਵਾਰ ਗੋਕੁਲ ਸੇਤੀਆ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਵੋਟਰ ਸੋਚ ਸਮਝ ਕੇ ਜਿਹੜੀ ਵੋਟ ਹੈ ਉਹ ਪਾਉਣ, ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ। ਉਹਨਾਂ ਦਾ ਕਹਿਣਾ ਹੈ ਇੱਕ ਵਾਰ ਫਿਰ ਤੋਂ ਲੋਕ ਝੂਠਿਆਂ ਦੇ ਜਾਲ ਦੇ ਵਿੱਚ ਨਾ ਫਸਣ ਤੇ ਸੱਚਿਆਂ ਨੂੰ ਜਿਹੜੀ ਸੱਤਾ ਦੇ ਵਿੱਚ ਉਹ ਲੈ ਕੇ ਆਉਣ। ਹੁਣ ਮੈਨੂੰ ਹਰਸਿਮਰਨ ਕੌਰ ਤੇ ਮੇਰੇ ਸਾਥੀ ਅਨਮੋਲ ਸਿੰਘ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।